ਧਰਤੀ ਹੇਠਲਾ ਪਾਣੀ ਲਗਾਤਾਰ ਘਟਦਾ ਜਾ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਸੂਬਾ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਲਗਾਤਾਰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜੀਆਂ ਫਸਲਾਂ ਦੇ ਵਿੱਚ ਜ਼ਿਆਦਾ ਪਾਣੀ ਲੱਗਦਾ ਹੈ ਉਸ ਨੂੰ ਛੱਡ ਕੇ, ਰਵਾਇਤੀ ਫਸਲਾਂ ਨੂੰ ਛੱਡ ਕੇ ਵੱਖ ਵੱਖ ਜਿਹੜੀ ਫਸਲਾਂ ਬੀਜੀਆਂ ਜਾਣ। ਇਸ ਨਾਲ ਇੱਕ ਤਾਂ ਪਾਣੀ ਦਾ ਜਿਹੜਾ ਪੱਧਰ ਹੈ ਉਹ ਵੀ ਹੇਠਾਂ ਨਹੀਂ ਜਾਏਗਾ, ਨਾਲ ਕਿਸਾਨ ਦੀ ਜਿਹੜੀ ਆਮਦਨ ਦੇ ਵਿੱਚ ਵੀ ਵਾਧਾ ਹੋਵੇਗਾ। ਮੇਰੇ ਨਾਲ ਇਸ ਵਕਤ ਭੋਏ ਤੋਂ ਰੂਪਲਾਲ ਕਿਸਾਨ ਜੀ ਹੈ, ਉਹਨਾਂ ਨਾਲ ਗੱਲਬਾਤ ਕਰਾਂਗੇ। ਰੂਪਲਾਲ ਜੀ, ਕਿਹੜੀਆਂ ਕਿਹੜੀਆਂ ਫਸਲਾਂ ਦੀ ਕਾਸ਼ਤ ਤੁਸੀਂ ਕਰ ਰਹੇ ਹੋ, ਪਹਿਲਾਂ ਇਸ ਬਾਰੇ ਚਾਨਣਾ ਪਾ ਦਿਓ। ਮੈਂ ਪਹਿਲਾਂ ਮੂਲੀ ਦਾ ਕੰਮ ਵੀ ਕਰਦਾ ਸੀ, ਮੂਲੀ ਅਸੀਂ 10-10 ਕਿੱਲੇ ਵੀ ਮੂਲੀ ਲਾਈ, ਉਹ ਵੀ ਵੇਚੀ। ਫਿਰ ਅਸੀਂ ਗੋਭੀ ਲਾਉਣਾ ਸ਼ੁਰੂ ਕੀਤੀ, ਹੁਣ ਅਸੀਂ ਥੋੜ੍ਹੀ ਦੇਰ ਦੇ ਮਤਲਬ ਵੀ 4-5 ਸਾਲ ਦੇ ਗੋਭੀ ਲਾਉਣ ਦਿੰਦੇ ਹਾਂ ਲਗਾਤਾਰ। ਗੋਭੀ ਦੇ ਵਿੱਚ ਫਾਇਦਾ ਵੀ ਹੁੰਦਾ, ਕਈ ਵਾਰ ਜਿੱਦਾਂ ਦਾ ਹੁਣ ਆਪਣਾ ਆ ਕੇ ਅਤੇ ਚੰਡੇ ਦਾ ਮੰਡੀ ਦੇ ਵਿੱਚ ਇਸ ਵੇਲੇ ਨੁਕਸਾਨ ਵੀ ਹੈਗਾ ਅਤੇ ਕਈ ਵਾਰੀ ਫਾਇਦਾ ਵੀ ਹੁੰਦਾ। ਬਰੋਕਲੀ ਦੀ ਕਾਸ਼ਤ ਕਦੀ ਕੀਤੀ ਤੁਸੀਂ? ਹਾਂਜੀ, ਬਰੋਕਲੀ ਅਸੀਂ ਲਾ ਰਹੇ ਹਾਂ ਆਪਣਾ ਆ ਕੇ ਅਤੇ 4 ਕਨਾਲਾ ਬਰੋਕਲੀ, 2 ਕਨਾਲਾ ਇੱਕ ਪਾਸੇ ਲਾਈ ਦੀ ਹੈ, 2 ਕਨਾਲਾ ਤਿਆਰ ਹੈ ਅਤੇ 2 ਕਨਾਲਾ ਸਾਡੀ ਹੈ ਜਿਹੜੀ ਉਹ ਤਿਆਰ ਹੋਣ ਵਾਲੀ। ਕਿੰਨੀ ਮੰਗ ਕਿੰਨੀ ਹੈ ਬਰੋਕਲੀ ਦੀ? ਇਹਦੀ ਮੰਗ ਮੰਡੀ ਦੇ ਵਿੱਚ ਆਪਣਾ ਆ ਕੇ ਅਤੇ ਇੰਨੀ ਨਹੀਂ ਹੈ ਜਿੰਨੀ ਦੂਜੀ ਗੋਭੀ ਦੀ ਹੈ। ਇਹਨੂੰ ਕੰਮ ਇਹ ਕਿਉਂਕਿ ਇਹ ਮਹਿੰਗੀ ਵਿਕਦੀ ਹੈ ਥੋੜ੍ਹੀ। ਹਾਂਜੀ, ਅਤੇ ਜਿਹੜੀ ਬਰੋਕਲੀ ਆ ਫਿਰ ਕਿਵੇਂ ਵੇਚਦੇ ਹੋ, ਸੇਲ ਕਿਵੇਂ ਕਰਦੇ ਹੋ ਤੁਸੀਂ? ਇਹ ਅਸੀਂ ਪਹਿਲਾਂ ਆਪਣਾ ਪਠਾਨਕੋਟੋ ਜਿਹਦਾ ਬੀਜ ਲਿਆਉਣਾ ਪੈਕਟਾਂ ਦੇ ਵਿੱਚ, ਬੀਜ ਲਿਆ ਕੇ ਫਿਰ ਅਸੀਂ ਆਪਣਾ ਕਿਤੇ ਬੀਜ ਲਾਉਣਾ, ਪਨੀਰੀ ਤਿਆਰ ਕਰਨੀ ਹੈ, ਤਿਆਰ ਕਰਕੇ ਫਿਰ ਅਸੀਂ ਪਾਣੀ ਛੱਡਣਾ ਜਿੱਦਾਂ ਝੋਨੇ 'ਚ ਛੱਡਣੇ ਆ, ਅਤੇ ਫਿਰ ਅਸੀਂ ਲਾਉਣਾ ਸ਼ੁਰੂ ਕਰਨਾ, ਫਿਰ ਜਨਾਨੀਆਂ ਲਾ ਕੇ ਇਹਨੂੰ ਲਾਉਣਾ। ਲਗਾਤਾਰ ਸਰਕਾਰਾਂ ਵੀ ਕਹਿੰਦੀਆਂ ਭਿੰਨਤਾ ਲਿਆਓ ਜਿਹੜੀ ਫਸਲਾਂ ਦੇ ਵਿੱਚ, ਵੱਖ ਵੱਖ ਫਸਲਾਂ ਬੀਜਣਾ ਸ਼ੁਰੂ ਕਰੋ। ਤੁਹਾਨੂੰ ਕਿਸ ਨੇ ਪ੍ਰਭਾਵਿਤ ਕੀਤਾ, ਕਦੋਂ ਤੁਸੀਂ ਫਸਲਾਂ ਨੂੰ ਛੱਡ ਕੇ, ਜਿਹੜੀ ਰਵਾਇਤੀ ਫਸਲਾਂ ਨੂੰ ਛੱਡ ਕੇ ਜਿਹੜੀ ਸਬਜ਼ੀਆਂ ਬੀਜਣਾ ਸ਼ੁਰੂ ਕੀਤੀਆਂ? ਮੈਂ ਆਪਣਾ ਆ ਕੇ ਅਤੇ 10 ਸਾਲ ਤੋਂ ਇਹ ਕੰਮ ਸ਼ੁਰੂ ਕੀਤਾ। ਪਹਿਲਾਂ ਅਸੀਂ ਬਾਗ ਵੀ ਲੈਂਦੇ ਰਹੇ, ਬਾਗ ਤੋਂ ਬਾਅਦ ਦੇ ਵਿੱਚ ਫਿਰ ਅਸੀਂ ਪੈਲੀ ਇੱਕ ਲੈਣਾ ਠੇਕੇ 'ਤੇ ਸ਼ੁਰੂ ਕੀਤੀ, ਸਾਡੀ ਆਪਣੀ ਪੈਲੀ 'ਤੇ ਨਹੀਂ ਹੈ ਅਤੇ ਅਸੀਂ ਜਿੰਨੀ ਵੀ ਜ਼ਮੀਨ ਹੈ ਠੇਕੇ 'ਤੇ ਲੈਂਦੇ ਹਾਂ, ਅਤੇ ਆਪਣਾ ਆ ਕੇ ਅਤੇ ਫਿਰ ਅਸੀਂ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ। ਦੇਖਿਆ ਜਾਂਦਾ ਜਦੋਂ ਫਸਲ ਬੀਜਦੀ ਹੈ ਉਹਦੇ ਵਿੱਚ ਕਈ ਸਪਰੇਹਾਂ ਕਰਨੀਆਂ ਹੁੰਦੀਆਂ, ਸਮੇਂ ਸਿਰ ਪਾਣੀ ਲਗਾਉਣਾ ਹੁੰਦਾ, ਇਸ ਦੀ ਜਾਣਕਾਰੀ ਕਿੱਥੋਂ ਲੈਂਦੇ? ਜ਼ਿਆਦਾ ਸਪਰੇਹਾਂ ਨਹੀਂ ਕਰਦੇ ਅਸੀਂ, ਜ਼ਿਆਦਾ ਆਪਣਾ ਆ ਕੇ ਅਤੇ ਨੈੱਟ ਦੇ ਵਿੱਚ ਦੇਖ ਕੇ ਅਤੇ ਤਿਆਰ ਕਰਨੇ ਹਾਂ। ਅਸੀਂ ਕੋਈ ਮਤਲਬ ਵੀ ਕੋਰਸ ਨਹੀਂ ਕੀਤਾ, ਕੋਈ ਕੁਝ ਨਹੀਂ, ਨੈੱਟ ਦੇ ਵਿੱਚ ਦੇਖਣਾ ਤਾਂ ਅਸੀਂ ਉਹੀ ਸਪਰੇ ਕਰ ਦੇਣੀ ਹੈ, ਉਹੀ ਅਸੀਂ ਮਤਲਬ ਵੀ ਅਸੀਂ ਜ਼ਿਆਦਾ ਦੇਸੀ ਹੈਲ ਵਰਤਦੇ ਹਾਂ, ਦੇਸੀ ਖਾਦ ਜ਼ਿਆਦਾ। ਪਰਿਵਾਰ ਦੇ ਵਿੱਚ ਹੋਰ ਕੋਈ ਤੁਹਾਡੇ ਨਾਲ ਇਸ ਵਿੱਚ? ਮੇਰਾ ਛੋਟਾ ਮੇਰੇ ਨਾਲ ਹੈ। ਹਾਂਜੀ, ਛੋਟੇ ਮੁੰਡੇ ਨਾਲ 24 ਘੰਟੇ ਮੇਰੇ ਰਹਿਣਾ। ਹਾਂਜੀ, ਅਤੇ ਲਾਭ ਹੁੰਦਾ ਹੈ? ਸਭ ਲਾਭ ਵੀ ਹੁੰਦਾ, ਨੁਕਸਾਨ ਵੀ ਹੁੰਦਾ, ਕਈ ਵਾਰ ਲਾਭ ਹੁੰਦਾ, ਕਈ ਵਾਰ ਨੁਕਸਾਨ ਹੁੰਦਾ। ਇਸ ਵੇਲੇ ਜਿਹੜਾ ਕੰਮ ਚੱਲਣ ਦੇ ਦਾ, ਇਸ ਵੇਲੇ ਮੰਡੀ ਦੇ ਵਿੱਚੋਂ ਮਤਲਬ ਵੀ ਨੁਕਸਾਨ ਹੀ ਹੈ, ਲਾਭ ਕੋਈ ਨਹੀਂ। ਜਿੱਦਾਂ ਸਰਕਾਰਾਂ ਕਹਿੰਦੀਆਂ ਕਿ ਧਰਤੀ ਹੇਠਲਾ ਪਾਣੀ ਜਿਹੜਾ ਥੱਲੇ ਜਾ ਰਿਹਾ, ਇਹਦੇ ਵਿੱਚ ਪਾਣੀ ਦੀ ਕਿੰਨੀ ਜਿਹੜੀ ਲੋੜ ਹੁੰਦੀ ਹੈ ਫਸਲ? ਇਹਦੇ ਫਸਲ ਨੂੰ ਅਸੀਂ ਪਾਣੀ ਲਾਵਾਂਗੇ ਅਤੇ ਕੱਪੜਾ ਆ ਕੇ ਅਤੇ ਪਾਣੀ ਥੱਲੇ ਵੀ ਆਏਗਾ, ਜੇ ਅਸੀਂ ਪਾਣੀ ਨਹੀਂ ਲਾਇਆ ਤਾਂ ਪਾਣੀ ਥੱਲੇ ਥੋੜ੍ਹੀ ਜਾਣਾ। ਇਹਦੇ ਨਾਲ ਆਪਣਾ ਆ ਕੇ ਅਤੇ ਅਸੀਂ ਜੇ ਸਬਜ਼ੀ ਲਾਵਾਂਗੇ ਤਾਂ ਪਾਣੀ ਮਤਲਬ ਵੀ ਜ਼ਮੀਨ ਦੇ ਵਿੱਚ ਵੀ ਰਹੇਗਾ। ਇੱਕ ਹੋਰ ਗੱਲ ਸਾਹਮਣੇ ਆਉਂਦੀ ਹੈ, ਕਹਿੰਦੇ ਵੀ ਜਿਹੜੀ ਸਬਜ਼ੀ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਇਹਦੀ ਕਟਾਈ ਹੋ ਜਾਂਦੀ ਹੈ ਜਾਂ ਗੋਭੀ ਜਿਵੇਂ ਮਾਰਕੀਟ ਦੇ ਵਿੱਚ ਚਲੇ ਜਾਂਦੀ ਹੈ, ਜਿਹੜੇ ਇਹਦੇ ਪੱਤੇ ਹੁੰਦੇ ਆ ਇਹ ਵੀ ਖਾਦ ਦੇ ਕੰਮ ਆਉਂਦੇ ਆ? ਇਹ ਪੱਤੇ ਹੁੰਦੇ ਨੇ, ਇਹ ਬਾਹ ਕੇ ਤਾਂ ਖਾਦ ਦੇ ਕੰਮ ਆ ਜਾਂਦੇ ਆ, ਅਤੇ ਕਈ ਡੰਗਰਾਂ ਵਾਲੇ ਵੀ ਲੈ ਜਾਂਦੇ ਨੇ ਪੱਤੇ ਗੋਭੀ ਦੇ, ਉਹ ਪੱਠਿਆਂ ਦੇ ਵਿੱਚ ਯੂਜ ਕਰ ਲੈਂਦੇ ਆ। ਦੂਜੀ ਫਸਲਾਂ ਛੱਡ ਕੇ ਅਤੇ ਸਬਜ਼ੀਆਂ ਲਾਓ, ਸਬਜ਼ੀਆਂ ਦੇ ਵਿੱਚ ਫਾਇਦਾ ਵੀ ਹੁੰਦਾ, ਨੁਕਸਾਨ ਵੀ ਹੁੰਦਾ, ਜ਼ਿਆਦਾ ਫਾਇਦਾ ਹੁੰਦਾ, ਘੱਟ ਨੁਕਸਾਨ ਹੁੰਦਾ। ਅਤੇ ਹੋਰ ਜਿਹੜੇ ਕਿਸਾਨ ਹੈਗੇ ਆ, ਕਈ ਕਿਸਾਨ ਅਜਿਹੇ ਹਨ ਫਸਲਾਂ ਨੂੰ ਛੱਡ ਕੇ ਗੋਭੀ ਜਾਂ ਕੋਈ ਹੋਰ ਫਸਲਾਂ ਵੀ ਬੀਜਦੇ ਹਨ ਲੇਕਿਨ ਮੰਡੀਕਰਨ ਤੋਂ ਰਹਿ ਜਾਂਦੇ ਨੇ, ਮੰਡੀਕਰਨ ਉਹ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ? ਹਾਂ, ਕੋਈ ਕਿਸਾਨ ਆਪਣਾ ਆ ਕੇ ਅਤੇ ਆਪਣਾ ਸੌਦਾ ਆਪੇ ਵੇਚਣ,
ਤਾਂ ਉਹ ਮੰਡੀਆਂ ਦੇ ਵਿੱਚ ਹੈ ਜਿਹੜਾ ਉਹ ਤਾਂ ਆੜਤੀਆਂ ਨੇ ਤਾਂ ਖਰੀਦਣਾ ਹੁੰਦਾ, ਆੜਤੀਆਂ ਨੇ ਵੇਚਣਾ ਸਾਡਾ ਹੁੰਦਾ। ਹਾਂਜੀ ਇਹ ਸਨ ਸਾਡੇ ਨਾਲ ਕਿਸਾਨ ਅਗਾਂਹ ਵਧੂ ਕਿਸਾਨ ਪੋਏ ਤੋਂ, ਜਿਹਨਾਂ ਨੇ ਪਿਛਲੇ 10 ਸਾਲਾਂ ਤੋਂ ਲਗਾਤਾਰ ਜਿਹੜੇ ਸਬਜ਼ੀ ਦਾ ਕੰਮ ਕਰ ਰਹੇ ਨੇ। ਇਹਨਾਂ ਨੇ ਕਿਹਾ ਹੈ ਕਿ ਸਬਜ਼ੀ ਦੇ ਕੰਮ ਦੇ ਵਿੱਚ ਮੁਨਾਫਾ ਵੀ ਹੁੰਦਾ ਨੁਕਸਾਨ ਵੀ ਹੁੰਦਾ ਹੈ, ਲੇਕਿਨ ਜੇਕਰ ਕਿਸਾਨ ਖੁਦ ਮੰਡੀਕਰਨ ਕਰਦਾ ਹੈ, ਖੁਦ ਆਪਣੀ ਫਸਲ ਨੂੰ ਵੇਚਦਾ ਹੈ, ਤਾਂ ਉਹ ਇਸ ਫਸਲਾਂ ਤੋਂ ਭਾਰੀ ਮੁਨਾਫਾ ਕਮਾ ਸਕਦਾ ਹੈ। ਪਠਾਨਕੋਟ ਤੋਂ ਜਤਿਨ ਸ਼ਰਮਾ, ਨਿਊਜ਼ 18 ਪੰਜਾਬ।